ਅਕਸਰ ਅਸੀਂ ਸਮੇਂ ਸਮੇਂ 'ਤੇ ਵੱਖ ਵੱਖ ਕਰੈਕਟਰਸ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਕੇ ਕੌਰ ਅਤੇ ਇਹਨਾਂ ਨੇ ਇੱਕ ਤੋਂ ਵੱਧ ਨਾਂ ਰੱਖੇ ਹੋਏ ਨੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਮਕਸਦ, ਕਿਉਂਕਿ ਟੋਰਾਂਟੋ ਦੇ ਆਸ ਪਾਸ ਇਲਾਕੇ ਵਿੱਚ ਜਾਣਦੇ ਕਿ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਹਨਾਂ ਦੀ ਆਵਾਜ਼ ਨੂੰ ਸੁਣਦੇ ਆ ਰਹੇ ਹੋ ਅਤੇ ਇਹਨਾਂ ਨੂੰ ਬਹੁਤ ਘੱਟ ਲੋਕਾਂ ਨੇ ਵੇਖਿਆ ਅਤੇ ਨੰਬਰ ਸਭ ਮੈਨੂੰ ਪਰਿਵਾਰਾਂ ਨੇ ਲੇਡੀਜ਼ ਅਤੇ ਮਰਦਾਂ ਦੇ ਖਾਸ ਕਰ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਟਰੱਕ ਡਰਾਈਵਰਾਂ ਨੇ ਫੋਨ ਆਏ ਕਿ ਤੁਸੀਂ ਇਹਨਾਂ ਨੂੰ ਟੈਲੀਵਿਜ਼ਨ 'ਤੇ ਲੈ ਕੇ ਆਓ ਔਰ ਅਸੀਂ ਟਾਕਸ਼ਪ ਕੀਤਾ ਤੁਸੀਂ ਵੇਖਣਾ ਚਾਹੁੰਦੇ ਤਾਂ ਸਾਨੂੰ ਨੰਬਰ ਸਭ ਕਾਲ ਆਏ ਜੈਸੇ ਤਾਂ ਕੁਝ ਲੋਕਾਂ ਨੇ ਕਾਲ ਆਈ ਸੀ ਕਿ ਇਹਨਾਂ ਨੂੰ ਬਿਲਕੁਲ ਨਹੀਂ ਲੈ ਕੇ ਆਉਣਾ। ਅਸੀਂ ਕਿਹਾ ਕਿ ਕਿਉਂ ਨਹੀਂ। ਸੋ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਇਹ ਪਰੇਸ਼ਾਨ ਵੀ ਹੋਏ ਕੁਝ ਕਾਲਾਂ ਤੋਂ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਮ ਬੜੇ ਨੇ ਵੈਸੇ ਕੇ ਕੌਰ ਅਤੇ ਇੱਕ ਨਾਂ ਤੁਹਾਡਾ ਹੋਰ ਵੀ ਹੈ ਕੈਲੀ। ਹਾਂਜੀ ਹਾਂਜੀ ਤੁਹਾਨੂੰ ਜੀ ਹੈ ਭੈਣ ਜੀ, ਥੈਂਕ ਯੂ ਤੁਹਾਡਾ ਵੀ ਜੀ। ਅਸੀਂ ਤੁਹਾਨੂੰ 22 ਸਾਲ ਤੋਂ ਲੋਕ ਸੁਣਦੇ ਆ ਰਹੇ ਨੇ, ਤੁਸੀਂ ਕੈਨੇਡਾ 'ਚ ਕਿਹੜੇ ਸਾਲ 'ਚ ਆਏ? ਮੈਂ ਵੀਰ ਜੀ ਇੱਥੇ 1990 ਦੀ ਆਈ ਹਾਂ। ਅੱਛਾ, ਤੁਸੀਂ 1990 'ਚ ਪੰਜਾਬ ਵਿੱਚ ਸ਼ਾਦੀ ਸ਼ੁਦਾ ਸੀ? ਹਾਂਜੀ। ਅਤੇ ਤੁਹਾਡੇ ਪਤੀ ਪਰਮੇਸ਼ਰ ਵੀ ਨਾਲ ਆਏ? ਨਹੀਂ ਜੀ, ਮੈਂ ਕਦੇ ਤਾਂ ਆਈ ਹਾਂ ਅਤੇ ਮੇਰਾ ਬੱਚਾ ਇੱਕ। ਅੱਛਾ, ਉਹਨਾਂ ਨੂੰ ਛੱਡ ਕੇ ਆਏ ਜਾਂ? ਬੱਚਾ ਨਹੀਂ, ਮੈਂ ਇੱਥੇ। ਬੱਚਾ ਇੱਥੇ? ਅਤੇ ਤੁਹਾਡਾ ਹਸਬੈਂਡ ਫਿਰ ਇੰਡੀਆ 'ਚ ਕੀ ਕੰਮ ਕਰਦਾ? ਉਹ ਪੁਲਿਸ ਅਫਸਰ ਆ ਅਤੇ ਉਹ ਜਦੋਂ ਹੁਣ ਰੋਜ਼ ਸਵੇਰੇ ਉੱਠ ਕੇ ਵੀ ਤੁਹਾਨੂੰ ਪਤਾ ਹੀ ਆ ਪੁਲਿਸ ਵਾਲੇ ਕਿਹੜੀਆਂ ਉੱਥੇ ਸਵੇਰੇ ਉੱਠ ਕੇ ਪਾਠ ਕਰਦੇ ਆ, ਇਹੋ ਜਿਹੀਆਂ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਜਦੋਂ ਫਰਕ ਕਰਨੀ ਛੱਡ ਕੇ ਖੜਾ ਤਾਂ ਇੱਥੇ ਕੈਨੇਡਾ ਜਾ ਰਿਹਾ। ਅੱਛਾ, ਤੁਸੀਂ ਪੁਲਿਸ ਅਫਸਰ, ਤੁਹਾਡਾ ਘਰ ਵਾਲਾ ਤਾਂ ਜਿਸ ਕਰਕੇ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੀ ਤੁਸੀਂ ਛੱਡ ਕੇ ਇੱਥੇ? ਹਾਂਜੀ, ਤੁਹਾਨੂੰ ਪਤਾ ਹੀ ਇੱਥੇ ਲੋਕ ਕਹਿੰਦੇ ਨੇ ਤੁਸੀਂ ਕੁਝ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਇੰਨੇ ਸਾਲ ਹੋ ਗਏ ਨੇ ਰਹਿੰਦੇ ਨੂੰ, ਕੋਈ ਕੰਮ ਕਾਰ ਵੀ ਕਰਦੇ ਜਾਂ ਤੁਸੀਂ ਵਿਹਲੇ ਰਹਿੰਦੇ ਹੋ? ਨਹੀਂ, ਮੈਂ ਵਿਹਲੀ ਰਹੀ ਨਹੀਂ, ਮੈਂ ਨਹੀਂ ਕੰਮ ਕਰਦੀ ਕੋਈ। ਫਿਰ ਤੁਸੀਂ ਸਾਰੇ ਏਰੀਆ ਦੇ ਤੁਹਾਡੇ ਤੇ ਬੋਲ ਲਿਆ ਤੇ ਜੇ ਕਿਸੇ ਨੇ ਹੋਇਆ ਤਾਂ ਉਹਨਾਂ ਪੰਗਾ ਲੈ ਲਿਆ ਟਰਬਲ ਲੈ ਲਈ। ਸੋ ਤੁਸੀਂ ਟਰਬਲ ਕਿਉਂ ਲੈਂਦੇ ਹੋ? ਤੁਹਾਨੂੰ ਸ਼ੌਂਕ ਹੈ ਲੋਕਾਂ ਦੇ ਲੜਨ ਦਾ, ਨਾਲ ਬੰਦਿਆਂ ਨਾਲ? ਤੁਸੀਂ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਸਾਡੇ ਭਰਾ ਨੇ ਉਹਨਾਂ ਨੇ ਕਈ ਵਾਰ ਤੁਸੀਂ ਪੰਗਾ ਲੈਂਦੇ, ਪੰਗਾ ਕਹਿੰਦੇ ਚੰਗਾ ਨਹੀਂ ਹੁੰਦਾ, ਪਰ ਤੁਸੀਂ ਇੱਕ ਔਰਤ ਹੋ ਕੇ ਤੁਸੀਂ ਲੋਕਾਂ ਨਾਲ ਲੜਦੇ ਕਿਉਂ ਰਹਿੰਦੇ ਵੈਸੇ? ਤੁਹਾਡੇ ਕਰੈਕਟਰ ਕਿਉਂ ਇਸ ਤਰ੍ਹਾਂ ਵੈਸੇ? ਨਹੀਂ ਤਵੀਰ ਜੀ, ਜਦੋਂ ਹੁਣ ਉਹ ਆਪ ਫੋਨ ਕਰਕੇ ਬਾਦਰ ਕਰਦੇ ਆ, ਕੀ ਕਹਿੰਦੇ ਤੁਹਾਨੂੰ ਵੈਸੇ? ਇਹ ਕਹਿੰਦੇ ਤੁਸੀਂ ਕੁਝ ਗਲਤ ਸ਼ਬਦ ਵਰਤਦੇ ਨੇ। ਹਾਂਜੀ, ਗਲਤ ਵੀ ਬੋਲਦੇ ਆ ਤੇ ਇਦਾਂ ਵੀ ਕਹਿੰਦੇ ਤੂੰ ਬਾਸੀ ਦੇ ਰੇਡੀਓ ਤੇ ਬੋਲਣੋਂ ਹਟ ਜਾ, ਟੀਵੀ ਤੇ ਤੂੰ ਕੀ ਕਰਨ ਜਾਣਾ। ਤੇ ਉਹ ਕਿਸੇ ਦੇ ਘਰ ਫੋਨ ਕਰਕੇ ਜਦੋਂ ਕਿਸੇ ਨੇ ਗਲਤ ਬੋਲਣਾ ਤਾਂ ਫਿਰ ਤੁਸੀਂ ਅਗਲੇ ਨੂੰ ਗਲਤ ਹੀ ਬੋਲਣਾ? ਤੇ ਤੁਸੀਂ ਬਿਲਕੁਲ ਨਹੀਂ ਇੱਥੇ ਕੰਮ ਕੀਤਾ? ਨਹੀਂ ਨਾ ਹੀ ਕਰਨਾ? ਨਹੀਂ ਵੀ ਜੀ। ਕਾਰਨ ਕਿ ਤੁਸੀਂ ਵਿਹਲੇ ਫਿਰ ਕਿਵੇਂ ਆਪਣੇ ਆਪ ਨੂੰ ਫਿਟ ਰੱਖਦੇ ਹੋ? ਹਾਂਜੀ, ਤੁਹਾਡੀ ਬਾਡੀ ਬੜੀ ਫਿਟ ਹੈ। ਮੈਂ ਵੀਰ ਜੀ ਘਰ, ਮੈਂ ਜਿਹੜਾ ਹੈਗਾ ਘਰ, ਮੈਂ ਬੜਾ ਮੈਂ ਸੌਂਦੀ ਨਹੀਂ ਗੀ, ਇਹਦੇ ਰੰਗ ਬਰੰਗੀਆਂ ਕਿਸ਼ਤਾਂ ਲਾ ਕੇ ਤੇ ਡਾਂਸ ਕਰਦੀ ਹਾਂ। ਅੱਛਾ, ਡਾਂਸ ਕਰਦੀ ਸੀ? ਹਾਂਜੀ, ਮੈਂ ਨੱਚਦੀ ਨਹੀਂ, ਦੂਏ ਤਰ੍ਹਾਂ ਮੈਂ ਡਾਂਸ ਕਰਦੀ, ਰੰਗ ਬਰੰਗੀਆਂ ਸੀੜੀਆਂ ਲਾ ਕੇ ਤੇ ਉਹਦੇ ਨਾਲ ਤੁਹਾਡੀ ਫਿਰ ਤੁਹਾਡੀ ਐਕਸਰਸਾਈਜ਼ ਹੁੰਦੀ ਹੈ? ਗਾਣੇ ਤੁਸੀਂ ਡਾਂਸ ਕਰਦੇ ਹੋ? ਪੰਜਾਬੀ ਗਾਣੇ ਤਾਂ ਕਰਦੇ ਹੋ? ਹਾਂਜੀ। ਤਾਂ ਤੁਹਾਨੂੰ ਇੰਗਲਿਸ਼ ਵੀ ਆਉਂਦੀ ਬੋਲਣੀ? ਹਾਂਜੀ, ਇੰਗਲਿਸ਼ ਵੀ ਆਉਂਦੀ ਆ ਤੇ ਅਰਬੀ ਕਾ ਲੈਂਗੁਏਜ ਵੀ ਸਿੱਖੀ ਹੋਈ ਆ। ਤੇ ਤੁਹਾਡਾ ਜਿਹੜਾ ਪਹਿਰਾਵਾ ਹੈ ਰੋਜ਼ਾਨਾ ਜ਼ਿੰਦਗੀ ਦਾ, ਤੁਸੀਂ ਸੂਟ ਪਾਉਂਦੇ ਹੋ, ਸਾੜੀਆਂ ਪਾਉਂਦੇ ਜਾਂ ਫਿਰ ਇੰਗਲਿਸ਼ ਵੀ ਪਾਉਂਦੇ ਹੋ ਆਪਣਾ? ਵੀਰ ਜੀ, ਤੁਸੀਂ ਤਾਂ ਇੱਦਾਂ ਇੰਟਰਵਿਊ ਲੈਂਦੇ ਜਿੱਦਾਂ ਮੇਰੇ ਨਾਲ ਵਿਆਹ ਕਰਾਉਣਾ ਹੁੰਦਾ। ਕਿਉਂਕਿ ਇਹਨਾਂ ਦਾ ਇੱਕ ਵੱਖਰਾ ਕਰੈਕਟਰ ਹੈ ਜਿਸ ਕਰਕੇ ਸਾਡੀਆਂ ਭੈਣਾਂ ਨੂੰ ਵਿਖਾਲਣਾ ਚਾਹੁੰਦਾ ਸੀ ਕਿ ਇਹ ਕੈਲੀ ਜੀ, ਇਹਨਾਂ ਦਾ ਨਾਂ ਕੇ ਕੌਰ ਵੀ ਹੈ। ਅਤੇ ਤੁਸੀਂ ਆਂਢ ਗੁਆਂਢ ਦੇ ਵਿੱਚ ਤੁਹਾਡਾ ਜਿਹੜਾ ਰਿਲੇਸ਼ਨ ਆ, ਰਿਸ਼ਤਾ ਜਿਹੜਾ ਆ, ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਅਕਸਰ ਐਲੀਵੇਟਰ ਚੜ੍ਹਨ ਵਾਲੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਹੋ, ਕਈ ਵਾਰ ਖੁਦ ਵੀ ਆਪ ਪਰੇਸ਼ਾਨ ਹੁੰਦੇ ਹੋ, ਇਹ ਤੁਸੀਂ ਇਸ ਪਰੇਸ਼ਾਨੀ ਦੀ ਹਾਲਤ ਵਿੱਚ ਕਿਉਂ ਹੋ ਵੈਸੇ? ਤੁਸੀਂ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦੇ ਜਿਹੜੇ ਆਂਢ ਗੁਆਂਢ ਦੇ ਵਸਣ ਵਾਲੇ ਲੋਕ? ਵੀਰ ਜੀ, ਮੇਰੀ ਫਲੋਤੇ ਮੇਰੀਆਂ ਅਰਬੀ ਵੀ ਹੈਗੀਆਂ, ਚੀਨਣਾ ਵੀ ਹੈਗੀਆਂ ਤੇ ਮੇਰਾ ਉਹਨਾਂ ਨਾਲ ਬਹੁਤ ਪਿਆਰ ਆ। ਬਾਲਾ ਚੇਰੀ ਕਿਤੇ ਜਿੱਦਾਂ ਹੁਣ ਪੰਜਾਬਣਾ ਜਦੋਂ ਕੈਨੇਡੀਅਨ ਡਰੈਸ ਪਾਈ ਆ, ਕੋਈ ਨਾ ਕੋਈ ਗੱਲ ਕਰਦੀਆਂ ਤੇ ਇਹ ਜਿਹੜਾ ਹੈਗਾ ਤੇ ਉਹਨਾਂ ਨੇ ਉੱਥੇ ਮੈਨੂੰ ਵੀ ਬਾਦਰ ਕੀਤਾ ਸੀ ਵੀ ਕੈਨੇਡੀਅਨ ਡਰੈਸ ਨਾ ਪਾ। ਤੇ ਤੁਸੀਂ ਕੈਨੇਡੀਅਨ ਡਰੈਸ ਪਾਉਣ ਦੇ ਸ਼ੌਕ ਰੱਖਦੇ ਹੋ? ਹਾਂਜੀ। ਤੁਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੁੰਦੇ ਹੋ? ਗੁਰੂ ਘਰ ਜਾਂਦੇ? ਮੈਂ ਵੀਰ ਜੀ ਚਰਚ ਜਾਂਦੇ ਨਹੀਂ। ਗੁਰੂ ਘਰ ਨਹੀਂ ਜਾਂਦੇ? ਨਹੀਂ। ਕਿਉਂ? ਉੱਥੇ ਵੀਰ ਜੀ ਆ ਰੱਬ ਦਾ ਨਾਂ ਤਾਂ ਲੈਂਦੇ ਹੀ ਨਹੀਂ, ਉੱਥੇ ਮੁੜ ਕੇ ਜਿਹੜਾ ਹੈਗਾ ਉਹ ਗੱਲਾਂ ਕਰੀ ਜਾਂਦੀਆਂ, ਜੇ ਹੁਣ ਕੀਰਤਨ ਦਰਬਾਰ ਹੋਇਆ ਤਾਂ ਉਹ 'ਚ ਵੀ ਮਗਰ ਮਗਰ ਗੱਲਾਂ ਕਰਦੀਆਂ ਨੇ ਤੁਰੇ ਜਾਣਾ, ਅਤੇ ਜਿਹੜਾ ਜਾਣਾ ਤਾਂ ਮਗਰ ਮਗਰ ਵਾਹਿਗੁਰੂ ਦਾ ਨਾਂ ਲਈਦੇ ਆ, ਅਤੇ ਮੈਂ ਨਹੀਂ ਲਈ ਕਰਦੀ। ਨਹੀਂ ਨਹੀਂ, ਉਹ ਲੋਕ ਕਾਰਨ ਵੱਖਰੀ ਗੱਲ ਹੈ, ਪਰ ਤੁਸੀਂ ਇੱਕ ਸਿੱਖ ਘਰਾਣੇ ਵਿੱਚ ਜਨਮ ਲਿਆ, ਤੁਹਾਨੂੰ ਗੁਰੂ ਘਰ ਜਾਣਾ ਚਾਹੀਦਾ, ਔਰ ਅੱਜ ਜਾਣ ਤੋਂ ਪਹਿਲਾਂ ਮੈਨੂੰ ਪ੍ਰਣ ਕਰੋ ਕਿ ਤੁਸੀਂ ਗੁਰੂ ਘਰ ਜ਼ਰੂਰ ਜਾਇਆ। ਮੈਂ ਨਹੀਂ ਜਾਣਾ ਵੀਰ ਜੀ, ਇਸ ਤਰ੍ਹਾਂ ਤੁਸੀਂ ਪੁਲਿਸ ਅਫਸਰ ਵੀ ਮੇਰੇ ਤੁਸੀਂ ਵੀ ਲੱਗੇ ਪੁਲਿਸ ਟਾਣੇਦਾਰਾਂ ਨੂੰ ਰੋਹ ਪਾਉਣ? ਸੋ ਖੈਰ, ਇਹਨਾਂ ਦਾ ਆਪਣਾ ਕਰੈਕਟਰ ਹੈ, ਔਰ ਮੇਰੀ ਜ਼ਿੰਦਗੀ ਵਿੱਚ ਇਹਨਾਂ ਨੂੰ ਲਿਆਉਣ ਦਾ ਮਕਸਦ ਇਹ ਸੀ ਕਿ ਬਹੁਤ ਸਾਰੀਆਂ ਭੈਣਾਂ ਨੂੰ ਵੇਖਣਾ ਚਾਹੁੰਦੀਆਂ ਸੀਗੀਆਂ, ਔਰ ਗੁਰੂ ਘਰ ਨਤਮਸਤਕ ਹੋਣਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਈ ਵਾਰੀ ਮਾਨਸਿਕ ਸੰਤੁਲਨ ਜੋ ਔਰਤਾਂ ਦੇ ਮਤ ਗਵਾ ਬੈਂਦੇ ਨੇ ਉਹ ਉਹਨਾਂ ਨੂੰ ਵਾਪਸ ਮਿਲਦਾ, ਸ਼ਾਂਤੀ ਮਿਲ ਜਾਂਦੀ ਹੈ। ਮੇਰਾ ਖਿਆਲ ਇਹ ਲੱਗਦਾ ਕਿ
ਤੁਸੀਂ ਜ਼ਿੰਦਗੀ ਵਿੱਚ ਗੁਰੂ ਘਰ ਤੋਂ ਬਹੁਤ ਦੂਰ ਹੋ ਅਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਮੇਰੇ ਖਿਆਲ ਸ਼ਾਇਦ ਕਰ ਰਹੇ ਹੋਵੋ, ਗੱਲ ਵੱਖਰੀ ਹੈ, ਮੈਂ ਬਹੁਤ ਹੀ ਪੁੱਛਣਾ ਚਾਹੁੰਦਾ ਅੰਤ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਵੀਰ ਜੀ ਘਰ ਸਵੇਰੇ ਸ਼ਾਮ ਪਾਣੀ ਲਾਉਂਦੀ ਹਾਂ। ਚੰਗੀ ਗੱਲ ਹੈ। ਹਾਂਜੀ ਸਵੇਰੇ ਗੁਰੂ ਘਰ ਵੀ ਜਾਇਆ ਕਰੋ। ਹਾਂਜੀ ਬਾਣੀ ਲਾਈਦੀ ਆ, ਕੀਰਤਨ ਦਾ ਵੀ ਢਾਡੀ ਉਹ ਵੀ ਸੁਣੀ। ਤਾਂ ਤੁਹਾਨੂੰ ਲੋਕ ਕਿਹੜੇ ਪਰੇਸ਼ਾਨ ਕਰਨ ਵਾਲੇ ਕੌਣ ਨੇ, ਮਰਦ ਨੇ ਜਾਂ ਔਰਤਾਂ ਨੇ? ਫੋਨ ਤੇ ਵੀਰ ਜੀ ਮਰਦ ਜ਼ਿਆਦੇ ਆ। ਪਰ ਜੇ ਉਹ ਸੁਣਦੇ ਆ ਨਾ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਜੇ ਉਹਨਾਂ ਦੇ ਘਰ ਸਾਰੀ ਫੈਮਿਲੀ ਹੈਗੀ, ਫੇਰ ਨਾ ਉਹ ਕਿਸੇ ਦੀ ਮਾਂ ਭੈਣ ਫੋਨ ਆਪ ਕਰਕੇ ਤੰਗ ਨਾ ਕਰ। ਤੁਸੀਂ ਅੱਜ ਪ੍ਰੋਗਰਾਮ ਵਿੱਚ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਕਿ ਭਾਈ ਤੁਹਾਨੂੰ ਕੋਈ ਤੰਗ ਨਾ ਕਰੇ? ਹਾਂਜੀ। ਤੇ ਤੁਸੀਂ ਵੀ ਨਾ ਕਿਸੇ ਨੂੰ ਕਰੋ? ਨਹੀਂ, ਮੈਂ ਨਹੀਂ ਕਿਸੇ ਨੂੰ ਤੰਗ ਕਰਦੀ। ਬਾਕੀ ਵੀਰ ਜੀ, ਮੈਂ ਜਿੰਨਾ ਚਿਰ ਮੇਰੀ ਜ਼ਿੰਦਗੀ ਆ, ਇੱਕ ਮੈਂ ਤੁਹਾਡਾ ਰੇਡੀਓ 'ਤੇ ਸੁਣਨਾ ਹੀ ਸੁਣਨਾ, ਅਤੇ ਰੇਡੀਓ 'ਤੇ ਵੀ ਆਉਣਾ ਅਤੇ ਟੀਵੀ 'ਤੇ ਵੀ ਆਉਣਾ। ਇੱਕ ਮਿਸਟਰ ਢੱਡਰੀਆਂ ਵਾਲਾ, ਜੱਸੀ ਢੱਡਰੀਆਂ ਮੁੰਡਾ ਆ, ਅਤੇ ਮੈਂ ਉਹਦੀਆਂ ਵੀ ਗੱਲਾਂ ਬਾਤਾਂ ਸੁਣੀਆਂ, ਮੈਂ ਉਹਨੂੰ ਵੀ ਲਾਈਕ ਕਰਦੀ ਹਾਂ, ਅਤੇ ਜੇ ਉਹਦੀ ਮਰਜ਼ੀ ਹੋਵੇ ਤਾਂ ਉਹ ਵੀ ਟੀਵੀ 'ਤੇ ਲਵੇ ਅਤੇ ਰੇਡੀਓ 'ਤੇ, ਅਤੇ ਮੈਂ ਰੇਡੀਓ 'ਤੇ ਵੀ ਬੋਲ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੀਰ ਜੀ। ਸੋ ਤੁਹਾਡਾ ਨਾਮ ਕੈਲੀ ਕਹੀ ਜਾਂ ਕੇਕ ਔਰ ਕਹੀ? ਉਹ ਤੁਹਾਡੀ ਚਵਾਈਸ ਹੈ, ਜਿੱਦਾਂ ਤੁਸੀਂ ਕਹਿਣਾ ਤਾਂ ਤੁਸੀਂ ਇੱਦਾਂ ਐਮ, ਅਤੇ ਅਗਲੇ ਕੋਲ ਰੇਡੀਓ 'ਤੇ ਵੀ ਤੁਸੀਂ ਇੱਦਾਂ ਬਾਸੀ ਸਾਹਿਬ ਜੀ ਕਰਦੇ ਆ, ਅਗਲੇ ਕੋਲ ਇੱਦਾਂ ਅਤੇ ਗੱਲਾਂ ਪੁੱਛਦੇ ਬੁੜੀਆਂ ਨੂੰ ਜਿੱਦਾਂ ਜੱਜ ਲੱਗੇ ਹੁੰਦੇ ਹੈ। ਓਕੇ, ਥੈਂਕ ਯੂ ਵੀਰ ਜੀ।